हलचल टीवी न्यूज। लागले थाने की पुलिस लिया के शहर वाले नु डरा दिया। महामारी करके पिछले 50 दिनों तो लॉकडाउन है ते खेमकरण विखे 2 कोरोना वायरस दे पॉजिटिव केस आउण करके कस्बे खेमकरण नु मुकम्मल सील कर दिता गया ते कस्बे विच किसी भी बाहर जाण ते आउण ते मुकम्मल पाबंदी प्रशासन वल्लों लाई गई है। लोकां नु किसी भी तरह दी कोई परेशानी ना आवे इस दे संबंध विच जिला प्रशासन तरन तारण वल्लों सब तहसील खेमकरण विखे एक कंट्रोल रूम बनाया गया है ते नाल ही एक मोबाइल नंबर ही प्रशासन वल्लों जारी किया गया। इस कंट्रोल रूम दा इंचार्ज कार साधक अफसर खेमकरण प्रशासन वल्लों लगाया गया ताकि अगर किसी नु कोई मुश्किल तां ओहो इस कंट्रोल रूम विच संपर्क करके अपनी मुश्किल हल करवा सके। पर अज जदों खेमकरण दे सोशल वर्क पवन कुमार वेदी वल्लों पत्रकार नु नाल लैके उस कंट्रोल रूम दी पोल खोल के रख दित्ती, मौके ते कोई भी जिम्मेवार व्यक्ति अपनी ड्यूटी ते मौजूद नहीं सी। आओ तुहानू दिखांदे हां सब तहसील खेमकरण विखे बनाए कंट्रोल रूम दा नजारा। इत्थे कोई इस टाइम जेड़े मुलाजम सवेरे ड्यूटी ते हुंदे आ, इस टाइम केड़ा ड्यूटी ते मुलाजम है? इस टाइम जी आवे इक डाक्टर। अच्छा जी, डंगर डाक्टर। अच्छा जी, एक आऊगा फ्रूट सप्लाई दा। एक किन्ने बजे उहनां दी ड्यूटी शुरू होंदी है? 10 बजे ड्यूटी शुरू होनी है। 10 बजे तो पहले किस बंदे दी ड्यूटी है इत्थे? इस तो पहले जी फैगी ही फ्रूट सप्लाई आया जी। अच्छा, मैं कहंदा डंगर डाक्टर। ओह किथे गए ने? ओह किथे गए ने इस टाइम? ओह इस टाइम जी जा चुके आ। ਕਿੱਥੇ ਜਾ ਚੁੱਕੇ ਆ? ਇਹਨਾਂ ਕੋ ਮਾੜਾ ਵੇਰਵਾ ਦੇ ਸਕਦੇ ਨਹੀਂ ਜੀ, ਮੈਨੂੰ ਨਹੀਂ ਦੱਸ ਕੇ ਨਹੀਂ ਗਏ। ਅੱਛਾ, ਕੀ ਨਾਂ ਹੈ ਉਹਨਾਂ ਦਾ ਜਿਹੜੇ ਡੰਗਰ ਡਾਕਟਰ ਨੇ ਜਿਨ੍ਹਾਂ ਦੀ ਡਿਊਟੀ ਇੱਥੇ? ਨਾਂ ਦਾ ਨਹੀਂ ਸਕਦਾ ਮੈਂ ਪਤਾ। ਜਿਹੜੇ ਫਰੂਟ ਸਪਲਾਈ ਵਾਲੇ ਉਹਨਾਂ ਦੀ, ਉਹਨਾਂ ਦਾ ਨਾਂ ਦੱਸ ਸਕਦੇ ਜੀ? ਨਹੀਂ, ਜੇ ਜਿਹੜਾ ਹੁੰਦਾ ਹੋ ਜਾ ਉਹਨਾਂ ਨਾਲ ਵਿਕਲ ਸੇਗਾ। ਅੱਛਾ, ਚਲੋ ਇਹ ਮਾਰੀਓ ਡੀਸੀ ਸਾਹਿਬ ਦੇ ਹੁਕਮਾਂ ਨੂੰ ਖੇਮ ਕਰਨ ਦਾ ਪ੍ਰਸ਼ਾਸਨ ਕੰਮ ਕਰਦੀ ਨਹੀਂ ਸੁੱਤਾ ਹੈ। ਜਦੋਂ ਕਿ 22 ਤਰੀਕ ਤੋਂ ਸਾਡਾ ਖੇਮਕਰ ਲਗਾਤਾਰ ਬੰਦ ਹੈ, ਕਾਰੋਬਾਰ ਤਬਾਹ ਹੋ ਗਿਆ ਹੈ। ਜਿਹੜੇ ਮੁਲਾਜ਼ਮ ਆਪਣੀ ਡਿਊਟੀ ਤੋਂ ਕੁਤਰਾਈ ਕਰ ਰਹੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ। ਪਰਮਾਤਮਾ ਨਾ ਕਰੇ ਖੁਦਾ ਕਾ ਨਫਾਸਤਾ, ਜੇ ਕੋਈ ਕੰਟਰੋਲ ਰੂਮ ਚ ਗੱਲਬਾਤ ਕਰੀ ਕਿੱਦਾਂ ਕੀਤੀ ਜਾਵੇ? ਇਹ ਕੋਈ ਹਵੇ ਦੀਆਂ ਗੱਲਾਂ ਹੈ? ਸਾਡਾ ਸ਼ਹਿਰ ਬੰਦ ਪਿਆ, ਉਹ ਖੁੱਲਣ ਤੱਕ ਨਹੀਂ ਜਾ ਰਿਹਾ। ਇਹ ਬੜੀ ਬੜੀ ਗੱਲ ਹੈਗੀ ਹੈ। ਸਾਡੇ ਉਹ ਖੇਮਕਰ ਦੇ ਅਫਸਰ ਇੱਥੇ ਦੇ ਕੰਟਰੋਲਰ ਨੇ, ਉਹਨਾਂ ਦਾ ਫਰਜ਼ ਨਹੀਂ ਬਣਦਾ। ਪਹਿਲਾਂ ਸਕੂਲ ਦੇ ਵਿੱਚ ਇਹਨਾਂ ਨੇ ਕੰਮ ਕੀਤਾ, ਉਹ ਵੀ ਬੰਦ ਪਿਆ। ਪਹਿਲਾਂ ਕਹਿੰਦੇ ਸੀ ਬੰਦੇ ਲਿਆਉਣੇ ਜੀ, ਬੰਦੇ ਆਉਣੇ ਜੀ, ਉਹ ਆਉਣੇ ਜੀ, ਆਉਣਾ ਹੋਣਾ, ਸਭ ਕਹਿਣ ਦੀਆਂ ਗੱਲਾਂ। ਇਹ ਕੰਟਰੋਲ ਰੂਮ ਬਣਿਆ, ਕਿੱਧਰ ਗੱਲ ਕਰੀਏ? ਕੋਈ ਐਮਰਜੈਂਸੀ ਗੱਲ ਕਰਨੀ ਪੈ ਜੇ, ਲੋਕੀ ਦੀ ਭੁੱਖ ਮਰੀ ਦਾ ਸ਼ਿਕਾਰ ਹੋ ਚੁੱਕੇ ਨੇ, ਲੋਕਾਂ ਦਾ ਦਰਾਸ਼ ਨਾ ਠੀਕ ਆ। ਇਹ ਬੜੇ ਦੁੱਖ ਨਾਲ ਗੱਲ ਕਰਨੀ ਪੈ ਰਹੀ ਹੈ। ਜਿੰਨੀ ਵੀ ਡਿਊਟੀ ਹੈਗੀ ਹੈ, ਮੈਂ ਮਾਨਜੋ ਅਡੀਸਾ ਨੂੰ, ਐਸ ਡੀ ਐਮ ਸਾਹਿਬ ਜਿਹੜੇ ਧਾਰੀਵਾਲ ਸਾਹਿਬ ਨੇ, ਪੱਟੀ ਵਾਲਿਆਂ ਨੂੰ ਬੇਨਤੀ ਕਰਾਂਗਾ, ਜਿਨ੍ਹਾਂ ਮੁਲਾਜ਼ਮਾਂ ਨੇ ਇੱਕ ਤਰ੍ਹਾਂ ਹੀ ਵਰਤੀ ਹੈ, ਉਹਨਾਂ ਨੂੰ ਫੌਰੀ ਤੌਰ ਤੇ ਸਸਪੈਂਡ ਕੀਤਾ ਜਾਵੇ। ਅਗਰ ਉਹਨਾਂ ਨੂੰ ਸਸਪੈਂਡ ਨਾ ਕੀਤਾ ਗਿਆ, ਸਾਨੂੰ ਮਜਬੂਰ ਹੋਵੇ ਇੱਥੇ ਧਰਨਾ ਲਾਉਣਾ ਪਏਗਾ। ਤੇ ਗਲਤੀ ਜਿਹੜੀ ਜਿਹੜੀ ਪ੍ਰਸ਼ਾਸਨ ਕਰ ਰਿਹਾ ਬਾਰ ਬਾਰ, ਫਿਰ ਖੇਮ ਕਰਨ ਨੂੰ ਗੱਲ ਕੀ ਹੈ? ਕਿਹੜੀ ਸਾਡੀ ਜੀ ਦਾ ਬਦਲਾ ਲਿਆ ਜਾ ਰਿਹਾ? ਹਾਲਾਂਕਿ 4 ਸਵੇਰੇ ਖੁੱਲਾ ਹੋਇਆ, ਠੀਕ ਹੈ, ਬੰਦ ਹੈ ਸਾਡੇ 4-5 ਕੇਸ ਖੇਮ ਕਰਨ ਦੇ ਵਿੱਚ ਆ ਗਏ ਆ। ਇਹ ਗੱਲ ਅਸੀਂ ਐਗਰੀ ਹਾਂ, ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਬੰਦੇ ਹਾਂ। ਅਸੀਂ ਚਾਹੁੰਦੇ ਸਾਰੇ ਦੁਕਾਨਦਾਰਾਂ ਨੂੰ ਮੌਕਾ ਦਿੱਤਾ ਜਾਂਦਾ 2-3 ਘੰਟੇ, ਭੁੱਖ ਮਰੀ ਦੇ ਸ਼ਿਕਾਰ ਹੋ ਗਏ ਨੇ, ਸਾਨੂੰ ਮਜਬੂਰ ਹੋ ਗਏ, ਧਰਨੇ ਵੀ ਲਾਉਣੇ ਪੈਣੇ। ਜੇ ਵਿਤਕਰਾ ਕੀਤਾ ਜਾ ਰਿਹਾ, ਖੇਮ ਕਰਨ ਦਾ ਸਲੂਕ ਵਿਤਕਰਾ ਖਾਸ ਕਰਕੇ ਕੀਤਾ ਜਾ ਰਿਹਾ। ਮੈਂ ਇੰਨੀਆਂ ਬੇਨਤੀ ਕਰਦਾ ਹੋਇਆ ਆਪ ਜੀ ਨੂੰ, ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਨਾ ਚਾਹਾਂਗਾ, ਆਓ ਤੁਹਾਨੂੰ ਹਮਾਰਾ ਕੰਟਰੋਲ ਰੂਮ ਇਹਨਾਂ ਬਣਾਇਆ, ਆਓ ਵੇਖੋ ਜਿੰਦਰੇ ਬੰਦ ਹੋ। ਪਤਾ ਲੱਗਾ ਜਦੋਂ ਪ੍ਰੈਸ ਵਾਲੇ ਤੇ ਮੈਂ ਸੋਸ਼ਲ ਮੀਡੀਆ ਤੌਰ ਤੇ ਇੱਥੇ ਆਇਆ ਤੇ ਫਟਾਫਟ ਮੁੰਡਾ ਘਰੋਂ ਭੱਜ ਆਇਆ, ਅਗਲੇ ਨੂੰ ਬੂਹਾ ਖੋਲਿਆ। ਹੁਣ 10 ਮਿੰਟ ਪਹਿਲਾਂ ਇੱਥੇ ਕੋਈ ਨਹੀਂ ਹੈਗਾ, ਉਹ ਵੀਡੀਓ ਹੈ, ਪੈਗੀ ਸਾਰੀ ਵਾਇਰਲ ਹੋ ਜਾਏਗੀ। ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦਾ ਕਿ ਤੁਸੀਂ ਰਾਤ ਦਿਨ ਲੱਗੇ ਹੋਏ ਨੇ, ਜਿਹੜੇ ਪ੍ਰਸ਼ਾਸਨ ਨੇ ਲਾਪਰਵਾਹੀ ਕੀਤੀ, ਜਿੰਦੀ ਵੀ ਡਿਊਟੀ ਬਣਦੀ ਹੈ ਹੁਣ ਫੌਰੀ ਤੌਰ ਸਸਪੈਂਡ ਕੀਤਾ ਜਾਵੇ।